ਆਓ ਦਾਸ ਤੋਂ ਪਹਿਲਾਂ ਬੇਅੰਤ ਰਾਗੀ ਸਿੰਘ ਉਹ ਰਾਗੀ ਸਿੰਘ ਜਿਨ੍ਹਾਂ ਨੇ ਸੰਤ ਬਾਬਾ ਓਅੰਕਾਰ ਸਿੰਘ ਜੀ ਦੀ ਗੋਦ ਦਾ ਨਿੱਘ ਮਾਣਿਆ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ ਅਤੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜੀ ਜੋ ਸੰਤ ਬਾਬਾ ਬਲਵੀਰ ਸਿੰਘ ਜੀ ਜਿਨ੍ਹਾਂ ਨੇ ਮਹਾਂਪੁਰਖਾਂ ਕੋਲ ਵਿੱਦਿਆ ਪ੍ਰਾਪਤ ਕੀਤੀ ਉਹਨਾਂ ਦੇ ਪਾਸੋਂ ਆਪਾਂ ਗੁਰੂ ਜਾਂ ਸਰਵਣ ਕੀਤਾ ਉਪਰੰਤ ਕਲਾ ਦੀ ਪ੍ਰਦਰਸ਼ਨੀ ਆਓ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ ਉਹਨਾਂ ਵਿੱਚ ਵੀ ਜਿੱਥੇ ਕਥਾ ਦਾ ਬੜਾ ਵੱਡਾ ਗੁਣ ਸੀ ਉੱਥੇ ਤਬਲੇ ਦਾ ਬੜਾ ਵੱਡਾ ਗੁਣ ਸੀ ਕਿਉਂਕਿ ਮੈਨੂੰ ਯਾਦ ਹੈ ਮੈਂ ਉਹਨਾਂ ਦੇ ਕੋਲੋਂ 14 ਮਾਤਰਾ ਅਤੇ 15 ਮਾਤਰਾ ਜਿਨ੍ਹਾਂ ਦੇ ਬੋਲ ਨੇ ਦਿੰਗ ਕੜਦਿਨ ਦਿਨ ਦਾ ਦਾ ਢੇ ਤੀ ਦਾਤਰ ਕੜਦੀ ਨਾ ਅੱਗੇ ਦਾਤਰ ਕੜਦੀ ਨਾ ਅੱਗੇ ਦਿੰਗ ਕੜਦਿਨ ਦਿਨ ਦਾ ਜਾਣੀ ਇਹ ਬੋਲ 14 ਮਾਤਰੇ ਅਤੇ 15 ਮਾਤਰੇ ਦਿਨ ਤਾ ਦਿਨ ਤਾ ਦਿਨ ਤਿਰਕੜਦੇ ਨਾ ਢੇ ਧੀ ਤਿਰਕੜਦੇ ਨਾ ਗੇ ਨਾ ਦਾਗੇ ਤੀਂਦਾ ਤਿਰਕੜਦਿਨ ਤਾ ਦਿਨ ਤਾ ਦਿਨ ਇਹ ਸੰਤ ਬਾਬਾ ਓਅੰਕਾਰ ਸਿੰਘ ਜੀ 14 ਮਾਤਰਾ 15 ਮਾਤਰਾ ਧਮਾਰ ਸੂਲ ਫਾਕ ਦੀਪ ਚੰਦੀ ਇਤਿਹਾਦਿ ਬੇਅੰਤ ਤਾਲ ਜਾਣਦੇ ਸਨ ਆਹ ਮੈਂ ਤਾਂ ਦੱਸਿਆ ਕਿਉਂਕਿ ਪ੍ਰਦਰਸ਼ਨੀ ਚੱਲ ਰਹੀ ਸੀ ਅਕਸਰਦਾਸ ਜਦੋਂ ਸ਼ਹਿਰਾਂ ਵਿੱਚ ਕੀਰਤਨ ਕਰੀਦਾ ਅਤੇ ਜਥਾ ਸਾਰਾ ਤੰਤੀ ਸਾਜ ਵੀ ਜਾਣਦੇ ਨੇ ਆਮ ਦੂਜੀ ਤਰ੍ਹਾਂ ਕੀਰਤਨ ਕਰੀਦਾ ਜੋ ਖਾਸ ਕਰਕੇ ਪਿੰਡਾਂ ਵਿੱਚ ਅਸੀਂ ਧਾਰਨਾ ਵਾਲਾ ਕੀਰਤਨ ਕਰਦੇ ਹਾਂ ਆਓ ਬੇਸ਼ੱਕ ਭਾਵੇਂ ਦਾਸ ਤੋਂ ਪਹਿਲਾਂ ਬਾਬਾ ਬਲਵੀਰ ਸਿੰਘ ਜੀ ਜਿਨ੍ਹਾਂ ਨੇ ਸ਼੍ਰੀਮਾਨ ਸੰਤ ਬਾਬਾ ਓਅੰਕਾਰ ਸਿੰਘ ਜੀ ਜਿਨ੍ਹਾਂ ਦੀ ਵਿੱਦਿਆ ਦੀ ਗੱਲ ਕੀਤੀ ਜਿਨ੍ਹਾਂ ਨੇ ਵਿੱਦਿਆ ਸੱਤੋ ਵਾਲੀ ਗਲੀ ਸੰਤ ਬਾਬਾ ਅਮੀਰ ਸਿੰਘ ਜੀ ਟਕਸਾਲ ਭਾਈ ਮਨੀ ਸਿੰਘ ਜੀ ਪਾਸੋਂ ਵਿੱਦਿਆ ਹਾਸਲ ਕੀਤੀ ਸੀ ਅੱਜ ਕੁਦਰਤ ਨਾਲ ਉਹੀ ਭਾਈ ਮਨੀ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਅਤੇ ਦਾਸ ਕਿਉਂਕਿ ਇਹ ਉਸੇ ਮਹਾਂਪੁਰਖਾਂ ਦੇ ਨਾਲ ਉਸੇ ਟਕਸਾਲ ਦੇ ਨਾਲ ਮਹਾਂਪੁਰਖਾਂ ਦਾ ਸੰਬੰਧ ਹੈ ਉਸੇ ਸੰਬੰਧ ਵਿੱਚ ਹੀ ਆਪਾਂ ਅੱਜ ਸ਼ਹੀਦ ਭਾਈ ਮਨੀ ਸਿੰਘ 'ਤੇ ਹੀ ਕੁਝ ਸਮਾਂ ਵਿਚਾਰ ਕਰਨੀ ਹੈ ਆਓ ਸਾਰਿਆਂ ਨੂੰ ਬੇਨਤੀ ਹੈ ਕਿ ਬੜੇ ਪ੍ਰੇਮ ਦੇ ਨਾਲ ਆਪਾਂ ਜੋ ਜਿਤਨਾ ਸਮਾਂ ਹੁਕਮ ਹੋਇਆ ਸਮੇਂ ਦੇ ਅੰਦਰ ਅੰਦਰ ਰਹਿ ਕੇ ਸਮਾਪਤੀ ਕਰਨੀ ਹੈ ਸਾਰੀਆਂ ਸੰਗਤਾਂ ਜਿਹੜਾ ਕੀਰਤਨ ਹੈ ਇਹ ਸਾਡਾ ਮਲਵਈ ਧਾਰਨਾ ਵਾਲਾ ਕੀਰਤਨ ਹੈ ਇਹਦੇ ਵਿੱਚ ਦਾਸ ਪਹਿਲਾਂ ਮਗਰੋਂ ਜਥਾ ਅਤੇ ਨਾਲ ਸਾਰੇ ਭਾਈ ਉਸ ਤੋਂ ਬਾਅਦ ਵਿੱਚ ਬੀਬੀਆਂ ਸਾਰੀਆਂ ਇਹ ਇਸੇ ਤਰ੍ਹਾਂ ਜੋਟੀਆਂ ਦੇ ਵਿੱਚ ਕੀਰਤਨ ਹੁੰਦਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਪ੍ਰੇਮ ਦੇ ਨਾਲ ਸਾਥ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਪੁਰਜਾ ਪੁਰਜਾ ਕੱਟ ਮਰੈ ਕਬਹੋ ਨਾ ਛਾਡੈ ਖੇਤ ਧਨ ਸੋ ਵੰਸ਼ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਧਨ ਧਨ ਨੇ ਜਣਦੀਆਂ ਮਾਵਾਂ ਧਨ ਧਨ ਨੇ ਜਣਦੀਆਂ ਮਾਵਾਂ ਧਨ ਧਨ ਨੇ ਧਨ ਧਨ ਨੇ ਜਣਦੀਆਂ ਮਾਵਾਂ ਧਨ ਧਨ ਬੀਬੀਆਂ ਬੀਬੀਆਂ ਬੋਲੋ ਸਾਰੇ ਧਨ ਧਨ ਨੇ ਜਣਦੀਆਂ ਮਾਵਾਂ ਜਿਨ੍ਹਾਂ ਨੇ
पुत जमे सूर में तन तन ने धन ने जने दिया मावा जिन्हां ने पुत जमे सूर में तन तन ने तन तन ने जने दिया मावा तन तन ने तन तन ने जने दिया मावा जिन्हां ने पुत जमे सूर में तन तन ने तन तन ने जने दिया मावा तन तन ने तन ने जने दिया मावा जिन्हां ने पुत जमे सुर में तन ए तन जननी जन जाया तन पिता परदान प्यारे आओ पिंड अलीपुर मुजफ्फरगढ़ दे नेड़े मुल्तान दे कोल 10 मार्च 1644 वाले दिन जो धन गुरु हरगोबिंद साहब जी महाराज जिन्हां ने पहली जंग लड़ी है बीबी वीरो दे विआह वेले उस जंग दे विच जेड़ा पहला जरनैल सी गुरु हरगोबिंद साहब जी महाराज जी वालों ओ भाई मनी सिंह जी दे दादा जी भाई बल्लू जी सन प्यारिओ उदों तो लैके इन्हां दा जिहड़ा संबंध गुरु घर नाल जुड़िया होया है ते 1644 दे विच भाई मनी सिंह जी जदों जन्म लिया इन्हां दा नाम मनी राम रखिया गया। मनी राम जी थोड़े जे वडेरी उम्र च होए ने सतवें पातशाह साहिब श्री गुरु हरगोबिंद साहिब महाराज जी दे कोल लियांदे गए ने कुछ चिर रहे उपरंत वापस लैके चले गए। उधरों इन्हां दा विआह कीता गया लगभग 15 साल की उम्र विच विआह होया है ते विआह लखी शाह वणजारा जिसने गुरु तेग बहादुर साहब महाराज जी दे धड़ दा संस्कार कीता सी ओदी पुत्री दे नाल विआह होया ते प्यारिओ इन्हां दे घर उस समय 10 पुत्रां ने जन्म लिया। इन्हां दी अंश वंश भाई मनी सिंह दी अंश वंश दा जे ख्याल करिए लगभग 53 परिवार के जेडे ब्लड रिलेशन वाले परिवार के मैंबर शहीद ने 10 पुत्रां विचों 10 पुत्र शहीद ने 11 भरावां विचों 11 भरा शहीद ने ते शहीद भाई मनी सिंह जी के पुत्र भाई उदय सिंह भाई बचित्र सिंह जी ने हाथी के सिर विच नागनी मारी है अते जेड़ा केसरी चंद ये कहिंदा सी कि मैं गुरु गोबिंद सिंह जी का सिर लिया के औरंगजेब जे अगे रखांगा भाई मनी सिंह दे पुत्र भाई उदय सिंह ने उस केसरी चंद का सिर वढ़ के कलगीधर पातशाह दे चरणां च रखिया सी। सत श्री अकाल। सो प्यारे आओ आपां ज्यादा लम्मा समा नहीं लाउणा क्योंकि बहुत ही सत्कारयोग भाई चरणजीत सिंह जी जो पटियाले तो पटियाले ही नहीं पंथ की शान रागी जथा उन्हां पासों कीर्तन भी सरवण करना है। आओ भाई मनी सिंह जिवें आप जिन्हों बाबा बलबीर सिंह जी दस रहे सन के जदों गुरु गोबिंद सिंह साहब जी महाराज जी ने दमदमा साहब जंगी कमर कसा खोलिया सिखां ने बेनती की महाराज कृपा करो सानू हुण विद्या की दात बख्शो। तुसीं आख्या सी आनंदपुर साहब कदे जदों जंगा युद्धां तो वेले होवांगे उदों तुहानू विद्या की दात बख्शांगे करो कृपा। उस समय कलगीधर पातशाह ने सिखां नूं भेजिया जाओ करतारपुर तो बीड़ लैके आओ। जवाब मिलिया मैं टूक मात्र बेनती कर रहा
उस समय जवाब मिले जे कलगीधर पातशाह गुरु नानक देव जी गद्दी दे वारस ने अपने कंठ तो बाणी उचारण कर लैन ते कलगीधर पातशाह ने उस समय बहुत ही सत्कारयोग भाई साहब भाई मनी सिंह जी जिन्हां नूं लखारी लाया ते नाल सहायक लखारी बाबा दीप सिंह जी लाए ने। बाबा दीप सिंह जी भाई मनी सिंह दे शास्त्र ते शास्त्र दोनों चीज़ां दे विद्यार्थी सन जिन्हां ने भाई मनी सिंह दे कोलों शास्त्र दी विद्या भाव गतका अते शास्त्र दी विद्या भाव ए जेड़ी गुरमुखी फारसी संस्कृत आदि भाषावां सारियां पढ़ियां सन। सो प्यारियो नाल बाबा दीप सिंह दी ड्यूटी लाई गई है। ये जो समा आया धन गुरु गोबिंद सिंह साहब जी महाराज जी ने 9 महीने 9 दिन 9 घड़ियां 9 पलों के गुरु ग्रंथ साहब महाराज कंठों उचारे ने। दिन नूं अमृत वेले उचारण करना तो भाई मनी सिंह जी ने लिखने ते शाम नूं उसकी व्याख्या करके सिखां नूं सुनाउणी ते इतिहास विच लिखिया उस समय 48 सिंह संथ्या कर रहे सन कथा सिख रहे सन। उन्हां विचों 48 सिंह बदे मुक्त होण लग पे। बदे मुक्त दा भाव के सण दे ही सचखंड नूं जाने शुरू हो गए। मैं इतिहास लमेरा नाल जावां जदों बाबा दीप सिंह जाण लगे ते उस समय महाराज जी ने बांह तो फड़िया भाई साहब किधर चलने हो। कहन लगे महाराज बड़ा आनंद बनया हुण जाण दिओ। ते महाराज जी ने वचन कीता सी भाई दीप सिंह जी बेशक तेरा सीस उतर जावे तेरा आनंद नहीं जावेगा। सो प्यारे ओ नहीं गया। फिर जदों सारी संपूर्णताई होई भाई मनी सिंह जदों जाण लगे ते उन्हां नूं फड़ लिया बांह तो भाई साहब कित्थे चले हो ये जेड़ा सिखिया ये तुसी दोनों ने अगे सिखाउणा है। कहन लगे महाराज बड़ी कृपा हुई है हुण तां अंग अंग आनंद विच है हुण तां रोम रोम आनंद विच है कर दिओ कृपा दे दिओ आग्या जाइए। ते कलगीधर पातशाह ने आख्या सी भाई मनी सिंह जी बेशक तेरा बंद बंद कटिया जावे पर तेरा आनंद खत्म नहीं होवेगा। गज के आखो सतनाम श्री वाहिगुरु सत श्री अकाल। सो प्यारे आओ इस पासे भी ज्यादा ना जाइए क्योंकि जेड़े योधे ने उन्हां दी जिन्ना चिर शहीदी दी गल ना कीती जावे गल पूरी नहीं हुंदी। शहीद हो कौन सकदा है? भाई गुरदास जी ने अपनी बाणी विच लिखिया है मुर्दा होए मुरीद ना गली होवना। इउं भाई गुरदास जी अपनी बाणी विच लिखदे ने आओ पढ़ लईए। ओ मुर्दा होए कै मुरीद भाई होई दे गली ना मुरीद होवना। मुर्दा होए कै मुरीद भाई होई दे गली ना मुरीद होवना। मुर्दा होए कै मुरीद भाई होई दे गली ना मुरीद होवना। मुर्दा होए कै मुरीद भाई होई दे गली ना मुरीद होवना। मुर्दा होए के मुरीद पाई होई दे गली ना मुरीद होवना। मुर्दा होए के मुरीद पाई होई दे गली ना मुरीद होवना। गल्लां वाले हैन कनेरे सेवक कोई कोई है। गल्लां वाले हैन कनेरे सेवक कोई कोई है। गल्लां वाले हैन बथेरे सेवक कोई कोई है। गल्लां वाले हैन कनेरे सेवक कोई कोई है। गल्लां वाले हैन क
ਕਨੇਰੇ ਸੇਵ ਕੋਈ ਕੋਈ ਹੈ ਗੱਲਾਂ ਵਾਲੇ ਹਨ ਕਨੇਰੇ ਸੇਵ ਕੋਈ ਕੋਈ ਹੈ ਗੱਲਾਂ ਵਾਲੇ ਹਨ ਕਨੇਰੇ ਸੇਵਕ ਕੋਈ ਕੋਈ ਹੈ ਗੱਲਾਂ ਵਾਲੇ ਹਨ ਕਨੇਰੇ ਸੇਵਕ ਕੋਈ ਕੋਈ ਹੈ ਉਹ ਗੱਲਾਂ ਵਾਲੇ ਹਨ ਬਥੇਰੇ ਸੇਵਕ ਕੋਈ ਕੋਈ ਹੈ ਗੱਲਾਂ ਵਾਲੇ ਹਨ ਬਥੇਰੇ ਸੇਵਕ ਕੋਈ ਕੋਈ ਹੈ ਸੰਗਤ ਬੋਲੇ ਸੰਗਤ ਕੋਈ ਕੋਈ ਹੈ ਇਹ ਮੁਰਦਾ ਹੋਏ ਮਰੀਦ ਨਾ ਗੱਲੀ ਹੋਵੜਾ ਪਰਮ ਪਉ ਖੋਵੜਾ ਭਾਈ ਗੁਰਦਾਸ ਜੀ ਕਹਿੰਦੇ ਆ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਮੁਰਦਾ ਹੋਣ ਦਾ ਮਤਲਬ ਹੈ ਕਿ ਆਪਣੀ ਕੋਈ ਮਰਜ਼ੀ ਨਹੀਂ ਮਰਜ਼ੀ ਹੁਣ ਗੁਰੂ ਦੀ ਚੱਲੇਗੀ ਕਿਉਂਕਿ ਮੁਰਦੇ ਦੀ ਆਪਣੀ ਕੋਈ ਮਰਜ਼ੀ ਨਹੀਂ ਹੋਇਆ ਕਰਦੀ ਉਹਨੂੰ ਭਾਵੇਂ ਭੁੰਜੇ ਲਟਾ ਦਿਓ ਤੇ ਭਾਵੇਂ ਬੈੱਡ ਤੇ ਪਾ ਦਿਓ ਭਾਵੇਂ ਚੰਦਨ ਲਾ ਦਿਓ ਤੇ ਭਾਵੇਂ ਖੇਜ ਸੁੱਟ ਦਿਓ ਮੁਰਦੇ ਦੀ ਆਪਣੀ ਕੋਈ ਮਰਜ਼ੀ ਨਹੀਂ ਇਸੇ ਤਰ੍ਹਾਂ ਜਿਹੜਾ ਸੇਵਕ ਹੈ ਉਹ ਵੀ ਇਹੋ ਜਿਹਾ ਹੋਣਾ ਚਾਹੀਦਾ ਕਿ ਉਹਦੀ ਆਪਣੀ ਕੋਈ ਮਰਜ਼ੀ ਨਹੀਂ ਗੁਰੂ ਦੀ ਮਤ ਦੇ ਅਨੁਸਾਰ ਚੱਲਣਾ ਤੇ ਅੱਗੇ ਲਿਖਿਆ ਸਬਰ ਸਿਦਕ ਸ਼ਹੀਦ ਇਹ ਚਾਰ ਗੁਣ ਹੋਣ ਤੇ ਤਾਂ ਸ਼ਹੀਦ ਹੁੰਦਾ ਉਹਦੇ ਵਿੱਚ ਸਬਰ ਹੋਣਾ ਚਾਹੀਦਾ ਉਹਦੇ ਵਿੱਚ ਸਿਦਕ ਹੋਣਾ ਚਾਹੀਦਾ ਤਾਂ ਸ਼ਹੀਦ ਹੁੰਦਾ ਭਰਮ ਭਾਉ ਖੋਵਣਾ ਉਹਦੇ ਵਿੱਚ ਭਰਮ ਵੀ ਨਹੀਂ ਹੋਣਾ ਚਾਹੀਦਾ ਤੇ ਭਾਉ ਨਹੀਂ ਡਰ ਨਹੀਂ ਹੋਣਾ ਚਾਹੀਦਾ ਇਹ ਦੋ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਤੇ ਦੋ ਚੀਜ਼ਾਂ ਚਾਹੀਦੀਆਂ ਨੇ ਸਬਰ ਤੇ ਸਿਦਕ ਚਾਹੀਦਾ ਭਰਮ ਤੇ ਭਾਉ ਦੋਨੋਂ ਜਿਹੜੇ ਨੇ ਨਹੀਂ ਹੋਣੇ ਚਾਹੀਦੇ ਉਹ ਸ਼ਹੀਦ ਹੋ ਸਕਦਾ ਗੱਜ ਕੇ ਆਖੋ ਸਤਨਾਮ ਆਓ ਭਾਈ ਮਨੀ ਸਿੰਘ ਜੀ ਦੀ ਆਪਾਂ ਵਿਚਾਰ ਕਰ ਰਹੇ ਹਾਂ ਭਾਈ ਮਨੀ ਸਿੰਘ ਪਿਆਰਿਓ ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਦੀ ਸੇਵਾ ਕਰ ਰਹੇ ਨੇ ਦਰਬਾਰ ਸਾਹਿਬ ਦੀ ਸੇਵਾ ਕਰਦਿਆਂ ਕਰਦਿਆਂ ਸਮਾਂ ਜਦੋਂ ਆਇਆ ਸਿੱਖਾਂ ਉੱਤੇ ਬੜਾ ਸਖਤ ਸਮਾਂ ਆ ਗਿਆ ਉਸ ਸਮੇਂ ਪਿਆਰਿਓ ਸਿੱਖਾਂ ਨੂੰ ਦਰਬਾਰ ਸਾਹਿਬ ਆਉਣਾ ਮਨਾ ਹੋ ਗਿਆ ਪਰ ਕਿਸੇ ਨਾ ਕਿਸੇ ਢੰਗ ਦੇ ਵਿੱਚ ਭਾਈ ਮਨੀ ਸਿੰਘ ਸੇਵਾ ਕਰ ਰਹੇ ਨੇ ਇਹਨਾਂ ਨੇ ਬੇਨਤੀ ਕੀਤੀ ਕਿ ਦਿਵਾਲੀ ਦਾ ਇਕੱਠ ਕੀਤਾ ਜਾਵੇ ਇਹਨਾਂ ਨੇ ਕਾਜੀ ਨੂੰ ਗੰਢਿਆ 2000 ਰੁਪਈਆ ਦੇ ਕੇ ਤੇ 5000 ਸੂਬੇਦਾਰ ਨੇ ਮੰਗਿਆ ਜਦੋਂ ਇੰਜ ਕੀਤਾ ਗਿਆ ਤੇ ਇਹਨਾਂ ਨੇ ਸੂਬੇਦਾਰ ਨੇ ਆਪਣਾ ਮਨਸੂਬਾ ਕੋਈ ਹੋਰ ਹੀ ਬਣਾ ਲਿਆ ਕਿ ਆ ਲੈਣ ਦਿਓ ਸਿੱਖ ਇਕੱਠੇ ਹੋਣਗੇ ਅੱਗੇ ਇਕੱਲੇ ਇਕੱਲੇ ਮਾਰਨੇ ਪੈਂਦੇ ਨੇ ਹੁਣ ਇਕੱਠੇ ਹੀ ਮਾਰ ਦਿਆਂਗੇ ਪਰ ਪਿਆਰਿਓ ਜਿਸ ਜਿਨ ਕਹਿ ਰਾਮ ਵਸੈ ਮਨ ਮਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤੇ ਭਾਈ ਮਨੀ ਸਿੰਘ ਸਮਝ ਗਏ ਨੇ ਇਹਨਾਂ ਨੇ ਸਿੰਘਾਂ ਨੂੰ ਸੁਨੇਹ ਭੇਜ ਦਿੱਤੇ ਨੇ ਇਤਿਹਾਸ ਵਿੱਚ ਆਉਂਦਾ ਦੂਜੀ ਵਾਰ ਫਿਰ ਇਹਨਾਂ ਨੇ ਵਿਚਾਰ ਕੀਤਾ ਵੀ ਵਿਸਾਖੀ ਤੇ ਇਕੱਠ ਕਰ ਲੈਂਦੇ ਹਾਂ ਵਿਸਾਖੀ ਤੇ ਇਹਨਾਂ ਨੇ 10000 ਮੰਗਿਆ ਤੇ ਜਦੋਂ 10000 ਦੀ ਗੱਲ ਕੀਤੀ ਇਹਨਾਂ ਨੇ ਫਿਰ ਉਹੀ ਤਿਆਰੀ ਕਰ ਲਈ ਪਹਿਲਾਂ ਵਾਅਦਾ ਕਰ ਲਿਆ ਕੁਝ ਨਹੀਂ ਆਖਾਂਗੇ ਤੁਸੀਂ ਵਿਸਾਖੀ ਮਨਾ ਲਓ ਪਰ ਪਿਆਰਿਓ ਉਧਰੋਂ ਦੂਜੇ ਪਾਸਿਓਂ ਇਹ ਤਿਆਰੀਆਂ ਕਰ ਲਈਆਂ ਕਿ ਜਦੋਂ ਸਿੱਖ ਆਉਣਗੇ ਐਸੀ ਗੁਪਤ ਮੋਰਚੇ ਬੰਦੀ ਕੀਤੀ ਕਿ ਆਉਂਦਿਆਂ ਸਾਰ ਜਿੰਨੇ ਵੀ ਸਿੱਖ ਆਉਣ ਇਕੱਠੇ ਹੀ ਮਾਰ ਦਿੱਤੇ ਜਾਣ ਤੇ ਪਿਆਰਿਓ ਇਤਿਹਾਸ ਵਿੱਚ ਲਿਖਿਆ ਭਾਈ ਮਨੀ ਸਿੰਘ ਨੇ ਫਿਰ ਰੋਕ ਦਿੱਤਾ ਉਧਰੋਂ ਜਦੋਂ ਸੂਬੇਦਾਰ ਨੂੰ ਪਤਾ ਲੱਗਾ ਇਤਿਹਾਸ ਵਿੱਚ ਲਿਖਿਆ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਉਸ ਸਮੇਂ ਰਾਮਦਾਸਪੁਰ ਤੇ ਅੰਮ੍ਰਿਤਸਰ ਕਹਿਣ ਤੋਂ ਭਾਵ ਕਿ ਸ਼ਹਿਰ ਅਤੇ ਦਰਬਾਰ ਸਾਹਿਬ ਦੇ ਅੰਦਰ ਜਿੰਨੇ ਵੀ ਸਿੱਖ ਸਨ ਸਾਰੇ ਹੀ ਫੜ ਕੇ ਲੈ ਗਏ ਅਤੇ ਉਹਨਾਂ ਸਾਰਿਆਂ ਨੂੰ ਆਖਿਆ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ
नहीं तो मौत वास्ते तैयार हो जाओ। भाई मनी सिंह नूं बड़ा डराया ते भाई मनी सिंह जदों नहीं डरे ते ए लिखिया है कि उस समय भाई मनी सिंह दा सब तो पहला पुत्र एक लियांदा है, ओदियां अखां कढ़ियां गईयां ने ते सामने शहीद कीता है, मुड़ के एक भरा लिया के शहीद कीता है, फिर एक पुत्र लिया के शहीद कीता है, फिर एक चाचे दा पुत्र गुलजार सिंह जेदी पुट्ठी खल उतारी गई है। भाव के भाई मनी सिंह नूं डराउण वास्ते ये सारा कुछ किया जा रहा है। फिर वारी आ गई भाई मनी सिंह दी, भाई मनी सिंह नूं आख्या कि हाले भी मन जाओ, तुहाडे सामने वेखो की कुछ असी किया, यही तुहाडे नाल करांगे। ते उस समय भाई मनी सिंह ने की आख्या, आओ आप सारे पढ़िए। सिर जावे ता जावे मेरा सिखी सिदक ना जावे, सिर जावे ता जावे मेरा सिखी सिदक ना जावे, तू सिर जावे ता जावे मेरा सिखी सिदक ना जावे, सिर जावे ता जावे मेरा सिखी सिदक ना जावे, सिर जावे ता जावे मेरा सिखी सिदक ना जावे, सिर जावे ता जावे मेरा सिखी सिदक ना जावे, सिखी सिदक ना जावे मेरा सिखी सिदक ना जावे, 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 सिर जावे ता जावे मेरा सिखी सिदक ना जावे, सिर जावे ता जावे मेरा सिखी सिदक ना जावे, ओ सिर जावे ता जावे मेरा सिखी सिदक ना जावे, सिर जावे ता जावे सिखी सिदक ना जावे, सिर जावे ता जावे मेरा सिखी सिदक ना जावे, जाओ तो प्रेम कलन का जाओ सिर तार तली गली मेरी आओ, इत मार्ग पैर तरी सिर दी जय कार ना की जय, प्यारो भाई मनी सिंह जी नूं डरावे दिते जा रहे ने, ते भाई मनी सिंह कहन लगे ए काजी ए सूबेदार तू वेख जे मेरे पुत नहीं डोले, मेरे भरा नहीं डोले। ए प्यारो अज भाई मनी सिंह दी उम्र 90 साल दी हो गई है, प्यारो भाई मनी सिंह कह रहे ने कि जे मेरे पुत नहीं डोले, मेरे भरा नहीं डोले, मैं किवें डोल सकदा। आख्या गया जे ना मने ते मारे जाओगे, ए सजाए मौत मिलेगी। ते भाई मनी सिंह कहिंदे जा ओए अकल दे आन्या, तेनू पता ही नहीं मौत तां सजा हुंदी नहीं, क्यों? क्योंकि ये तां सारयां ते ही आउणी है, ये दसो किहड़े ते नहीं आई। गुरबाणी दा फुरमान है, जुग जुग साचा हैपी होसी, कौन ना मुआ कौन ना मरसी, दसो केड़ा नहीं मरिया ते किने नहीं मरना। ते गुरु का सिख भाई मनी सिंह कह रहे ने कि ए सूबेदार ए काजी आ जेड़ा वेख रहे है ना, ए एक दिन सारिया ने दुनी सुहावा बाग छड़ना है, दुनी सुहावा बाग एक दिन छड़ना, एक दिन छड़ना, सुहावा बाग एक दिन छड़ना, एक दिन छड़ना, ओ दुनी सुहावा बाग एक दिन छड़ना, एक दिन छड़ना, दुनी सुहावा बाग एक दिन छड़ना, एक दिन छड़ना, बोलो ओ दुनी सुहावा गज के छड़ना, एक दिन छड़ना, छड़ना, एक दिन छड़ना, छड़
ਛੱਡਣਾ ਸਭ ਨੇ ਛੱਡਣਾ ਉਹ ਛੱਡਣਾ ਇੱਕ ਦਿਨ ਛੱਡਣਾ ਛੱਡਣਾ ਸਭ ਨੇ ਛੱਡਣਾ ਛੱਡਣਾ ਇੱਕ ਦਿਨ ਛੱਡਣਾ ਛੱਡਣਾ ਸਭ ਨੇ ਛੱਡਣਾ ਏ ਦੁਨੀ ਸੋ ਆਵਾ ਬਾਗ ਇੱਕ ਦਿਨ ਛੱਡਣਾ ਇੱਕ ਦਿਨ ਛੱਡਣਾ ਦੁਨੀ ਸੋ ਆਵਾ ਬਾਗ ਇੱਕ ਦਿਨ ਛੱਡਣਾ ਇੱਕ ਦਿਨ ਛੱਡਣਾ ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡਣਾ ਇੱਕ ਦਿਨ ਛੱਡਣਾ ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡਣਾ ਇੱਕ ਦਿਨ ਛੱਡਣਾ ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡਣਾ ਇੱਕ ਦਿਨ ਛੱਡਣਾ ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡਣਾ ਇੱਕ ਦਿਨ ਛੱਡਣਾ ਦੁਨੀ ਸੁਹਾਵਾ ਬਾਗ ਕਰ ਸਾਜ ਭਾਈ ਮਨੀ ਸਿੰਘ ਕਹਿਣ ਲੱਗੇ ਇਹ ਕਾਜੀ ਇਹ ਸੂਬੇਦਾਰ ਇਹ ਦੱਸ ਕਿਹਨੇ ਨਹੀਂ ਮਰਨਾ ਆਹ ਜਿਹੜਾ ਵੇਖ ਰਿਹਾ ਤੂੰ ਦੁਨੀਆਂ ਦਾ ਬਾਗ ਇੱਕ ਦਿਨ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਕਹਿਣ ਲੱਗੇ ਵੀ ਜਿਹੜੀ ਮੌਤ ਦੇ ਤੂੰ ਡਰਾਵੇ ਦੇ ਨੈਣਾ ਇਹ ਤਾਂ ਸਾਡੀ ਮੌਤ ਤੋਂ ਤਾਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਕਿਉਂ ਕਹਿੰਦੇ ਇੱਕ ਵਾਰ ਨਾ ਬਹੁਤ ਸਾਰੀਆਂ ਕੌਮਾਂ ਦਾ ਇਕੱਠ ਹੋਇਆ ਬਹੁਤ ਸਾਰੀਆਂ ਕੌਮਾਂ ਦਾ ਇਕੱਠ ਹੋਇਆ ਵੀ ਆਪੋ ਆਪਣੀਆਂ ਖੂਬੀਆਂ ਬਿਆਨ ਕਰੋ ਕਿਸੇ ਨੇ ਕੋਈ ਕਿਸੇ ਨੇ ਕੋਈ ਜਦੋਂ ਵਾਰੀ ਆਈ ਨਾ ਮਰਾਠਿਆਂ ਦੀ ਉਹ ਕਹਿੰਦੇ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਸਾਡੇ ਨਾਂ ਦੀ ਵਿਆਖਿਆ ਕਰ ਲਓ ਤੇ ਸਾਡੀ ਖੂਬੀ ਪਤਾ ਲੱਗ ਜਾਂਦੀ ਹੈ ਕਹਿੰਦੇ ਦੱਸੋ ਕੀ ਖੂਬੀ ਹੈ ਕਹਿੰਦੇ ਸਾਡੀ ਇਹ ਖੂਬੀ ਹੈ ਅਸੀਂ ਮਰ ਕੇ ਫੇਰ ਪਿੱਛੇ ਹਟਦੇ ਹਾਂ ਸਾਨੂੰ ਤਾਂ ਮਰ ਹਟੇ ਕਿਹਾ ਜਾਂਦਾ ਅਸੀਂ ਮਰ ਕੇ ਹਟਦੇ ਹਾਂ ਸਭਾ ਦੀ ਸਮਾਪਤੀ ਦਾ ਐਲਾਨ ਹੋ ਗਿਆ ਵੀ ਮਰਨ ਤੋਂ ਵੱਧ ਕੀ ਹੋ ਸਕਦਾ ਇਹ ਤਾਂ ਮਰ ਕੇ ਹਟਦੇ ਨੇ ਤੁਹਾਡਾ ਭਰਾ ਉੱਥੇ ਬੈਠਾ ਸੀ ਸਿੱਖ ਕਹਿੰਦਾ ਸਾਡੀ ਵੀ ਤਾਂ ਸੁਣੋ ਕਹਿੰਦੇ ਤੁਹਾਡੀ ਕੀ ਸੁਣੀਏ ਇਹ ਤਾਂ ਮਰ ਕੇ ਹੀ ਹਟਦੇ ਨੇ ਉਹ ਕਹਿੰਦੇ ਇਹ ਤਾਂ ਮਰ ਕੇ ਹਟ ਜਾਂਦੇ ਨੇ ਅਸੀਂ ਤਾਂ ਮਰ ਕੇ ਹੀ ਸ਼ੁਰੂ ਹੁੰਦੇ ਹਾਂ ਗੱਜ ਕੇ ਆਖੋ ਸਤਨਾਮ ਇਹ ਤਾਂ ਮਰ ਕੇ ਹਟ ਜਾਂਦੇ ਨੇ ਅਸੀਂ ਤਾਂ ਮਰ ਕੇ ਵੀ ਸੀਸ ਤਲੀ ਤੇ ਰੱਖ ਕੇ ਫੇਰ ਰੜਨ ਲੱਗ ਪੈਂਦੇ ਹਾਂ ਸਾਡੀ ਤਾਂ ਐਡਮਿਸ਼ਨ ਹੀ ਜਿਹੜੀ ਹੈ ਨਾ ਗੁਰੂ ਨਾਨਕ ਦੇਵ ਜੀ ਨੇ ਆਖਿਆ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਹੈ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਪੜ੍ਹਦਿਆ ਕਰੋ ਗਲੀ ਮੇਰੀ ਆਓ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਾਡੀ ਤਾਂ ਐਡਮਿਸ਼ਨ ਹੀ ਇੱਥੋਂ ਕੀਤੀ ਹੈ ਜਿਹੜੀ ਤੂੰ ਕਹਿੰਦਾ ਅਸੀਂ ਕਰਨੀ ਹੈ ਇਹ ਤਾਂ ਸਾਡੀ ਪਹਿਲਾਂ ਹੀ ਹੋਈ ਹੋਈ ਹੈ ਕਿਉਂਕਿ ਕਬੀਰ ਸਾਹਿਬ ਦਾ ਸ਼ਬਦ ਹੈ ਉਹ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਸੂਰਮੇ ਨੇ ਆਪ ਮੰਗ ਲਈ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਸੂਰਮੇ ਨੇ ਆਪ ਮੰਗ ਲਈ ਉਹ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਸੂਰਮੇ ਆਨੇ ਆਪ ਮੰਗ ਲਈ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਸੂਰਮੇ ਆਨੇ ਆਪ ਮੰਗ ਲਈ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਸੂਰਮੇ ਨੇ ਆਪ ਮੰਗ ਲਈ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਸੂਰਮੇ ਆਨੇ ਆਪ ਮੰਗ ਲਈ ਕਬੀਰ ਜਿਸ ਮਰਨੇ ਤੇ ਜਗ ਡਰੇ ਉਹ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਇਆ ਪੂਰਨ ਪਰਮਾਨੰਦ ਪਿਆਰਿਓ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਦਾ ਹੁਕਮ ਕਰ ਦਿੱਤਾ ਤੇ ਹੁਕਮ ਇਹ ਹੋਇਆ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ ਤੇ ਪਿਆਰੇ ਇਤਿਹਾਸ ਵਿੱਚ ਲਿਖਿਆ ਜਿਹੜਾ ਜਲਾਦ ਹੈ ਉਹਨੇ ਟੋਕਾ ਚੁੱਕਿਆ ਥੱਲੇ ਮੁੱਢੀ ਰੱਖੀ ਹੈ
ਤੇ ਜਦੋਂ ਲੱਗਾ ਟੋਕਾ ਮਾਰਨ ਤੇ ਭਾਈ ਮਨੀ ਸਿੰਘ ਨੇ ਹੱਥ ਫੜ ਲਿਆ। ਕਈ ਲੋਕ ਕਹਿੰਦੇ ਵੀ ਇਹ ਨਾ ਪ੍ਰਭਾਵਿਤ ਕਰਨ ਵਾਸਤੇ, ਲੋਕਾਂ ਨੂੰ ਇਮੋਸ਼ਨਲ ਕਰਨ ਵਾਸਤੇ ਕਿਹਾ ਜਾਂਦਾ। ਨਹੀਂ ਨਹੀਂ, ਉਸ ਸਮੇਂ ਦੇ ਜਿਹੜਾ ਗਵਾਹ ਮੁਸਲਮਾਨ ਲਿਖਾਰੀ ਹੈ ਉਹਨੇ ਆਪ ਇਹ ਗੱਲ ਲਿਖੀ ਹੋਈ ਹੈ ਕਿ ਉਸ ਸਮੇਂ ਭਾਈ ਮਨੀ ਸਿੰਘ ਨੇ ਆਖਿਆ ਇਹ ਬੰਦ ਨਹੀਂ ਬਣਦਾ, ਇਸ ਤੋਂ ਪਹਿਲਾਂ 14 ਬੰਦ ਮੇਰੇ ਹੋਰ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਮਨੀ ਸਿੰਘ ਕਹਿ ਰਹੇ ਨੇ ਕਿ ਜਲਾਦਾ, ਜੇ ਤੂੰ ਮੈਨੂੰ ਕੱਟਣਾ ਤੇ ਮੇਰਾ ਬੰਦ ਬੰਦ ਕੱਟ, ਕੱਲਾ ਕੱਲਾ ਪੋਟੇ ਤੂੰ ਸ਼ੁਰੂ ਕਰ, ਇਉਂ ਕਹਿ ਰਹੇ ਨੇ। ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਓ ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, 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 ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਓ ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੁਣ ਲੈ ਜਲਾਦਾ ਓਏ, ਕੱਟ ਦੇ ਤੂੰ ਬੰਦ ਬੰਦ ਮੇਰਾ, ਸੂਰਾ ਸੋ ਪਹਿਚਾਨੀਆ ਜੋ ਲੜੇ ਤੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਪੂ ਨਾ ਛਾਟੇ ਖੇਤ, ਪਿਆਰਿਓ ਜਲਾਦ ਨੇ ਬੰਦ ਬੰਦ ਕੱਟਣਾ ਸ਼ੁਰੂ ਕਰ ਦਿੱਤਾ। ਕੁਝ ਇਤਿਹਾਸਕਾਰਾਂ ਦੀ ਰਾਏ ਹੈ ਕਿ ਭਾਈ ਮਨੀ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਸੀ, ਕੁਝ ਇਤਿਹਾਸਕਾਰਾਂ ਦੀ ਰਾਏ ਹੈ ਕਿ ਭਾਈ ਮਨੀ ਸਿੰਘ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ। ਗੱਲ ਪਾਠ ਦੀ ਹੈ ਪਿਆਰੋ, ਭਾਈ ਮਨੀ ਸਿੰਘ ਪਾਠ ਕਰ ਰਹੇ ਨੇ, ਜਲਾਦ ਟੁੱਕ ਟੁੱਕ ਕੇ ਟੋਕਰੇ ਦੇ ਵਿੱਚ ਸੁੱਟੀ ਜਾ ਰਿਹਾ ਤੇ ਕਹਿੰਦੇ ਟੋਕਰੇ ਵਿੱਚ ਸੁੱਟੀ ਜਾ ਰਿਹਾ, ਜਦੋਂ ਆਖਰੀ ਟੱਕ ਮਾਰਿਆ ਨਾ ਉਦੋਂ ਭਾਈ ਮਨੀ ਸਿੰਘ ਨੇ 8 ਅਸ਼ਟਪਦੀਆਂ ਦਾ ਪਾਠ ਅਖੀਰਲੇ ਟੱਕ ਤੱਕ ਕੀਤਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। 16 ਅਸ਼ਟਪਦੀਆਂ ਦਾ ਪਾਠ ਬਾਕੀ ਬਚਿਆ, ਉਹ 16 ਅਸ਼ਟਪਦੀਆਂ ਦਾ ਪਾਠ ਭਾਈ ਮਨੀ ਸਿੰਘ ਦੇ ਟੋਕਰੇ ਵਿੱਚ ਪਏ ਬੰਦ ਬੰਦ ਨੇ ਕੀਤਾ। ਬੋਲੇ ਸੁਣ ਸਤ ਸ੍ਰੀ ਅਕਾਲ, ਬੰਦ ਵਿੱਚ ਜੇ ਟੋਕਰਿਆਂ ਵਿੱਚ ਪਏ ਬੰਦ ਬੰਦ ਨੇ ਇੰਜ ਪਾਠ ਕੀਤਾ ਜਿਵੇਂ ਬੀਬੀਆਂ ਰਲ ਕੇ ਇਕੱਠੀਆਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ। ਇੰਜ ਪਿਆਰਿਓ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾਇਆ। ਪਿਆਰਿਓ ਜਿਹੜੇ ਪੜ੍ਹਨ ਵਾਲੇ ਨੇ, ਪੜ੍ਹੇ ਲਿਖੇ ਨੇ, ਉਹਨਾਂ ਨੂੰ ਪਤਾ ਇੱਕ ਪ੍ਰੈਕਟੀਕਲ ਹੁੰਦਾ, ਇੱਕ ਥਿਊਰੀ ਹੁੰਦੀ ਹੈ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਇਹ ਸਾਡੀ ਥਿਊਰੀ ਹੈ, ਸਾਡਾ ਇਤਿਹਾਸ ਪ੍ਰੈਕਟੀਕਲ ਹੈ। ਸਾਡੀ ਥਿਊਰੀ ਵਿੱਚ ਲਿਖਿਆ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਹਦਾ ਪ੍ਰੈਕਟੀਕਲ ਬਾਬਾ ਦੀਪ ਸਿੰਘ ਜੀ ਨੇ ਕੀਤਾ। ਤੇ ਸੂਰਾਂ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੱਡੇ ਖੇਤ। ਇਹ ਜਿਹੜੀ ਥਿਊਰੀ ਹੈ ਇਹਦਾ ਪ੍ਰੈਕਟੀਕਲ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾ ਕੇ ਕੀਤਾ। ਲੜੈ ਦੀਨ ਕੇ ਹੇਤ, ਸੂਰਾ ਸੋਈ ਸੂਰਾ ਸੋਈ,
लरबीन कहे सूरा सोई सूरा सोई झोलड़े दीन के हेत सूरा सोई सूरा सोई झोलड़े दीन के हेत सूरा सोई सूरा सोई दीन के हेत सूरा सोई सूरा सोई झोलड़े दीन के हेत सूरा सोई सूरा सोई लरे दीन के हेत जो लरे दीन के हेत झोलड़े दीन के झोलड़े दीन के हेत लड़े दीन के हेत लड़े दीन के हेत सूरा सोई जो लड़े दीन के हेत सूरा सोई झोलड़े दीन के हेत सूरा सोई लड़े दीन के हेत सूरा सोई लड़े दीन के हेत सूरा सोई झूलरे दीन के हेत सूरा सोई सूरा सो पहचानिया जो लड़े दीन के हेत पुरजा पुरजा कट मारा कबू ना चाटे खेत भाई मनी सिंह जेड़ी टकसाल दे विच पढ़न दा संत बाबा ओंकार सिंह जी उन्हां नूं माण प्राप्त है उस टकसाल दे पहले मुखी भाई मनी सिंह जिन्हां ने अपना बंद बंद कटवाया ते इको परिवार अपने परिवार दे ब्लड रिलेशन वाले 53 जी 12 भरावां विचों 11 शहीद दसां पुत्रां विचों 10 ही पुत्र शहीद प्यारो 53 जेड़े ब्लड रिलेशन वाले चाचे दे पुत भरा अते चाचे दे गां भरा कहण तो भाव के 53 जी ब्लड रिलेशन वाले ते 100 दे लगभग जेड़े दूर दियां सकीरियां पेंदे सन ओ शहीद होए ने ऐसे बाबा शहीद जो बाबा मनी सिंह जी जिस दिन भाई मनी सिंह शहीद कीते ने उस दिन इतिहासकार कुछ कहिंदे ने 18 नाल शहीद कीते ने कुछ वध कहिंदे ने जिन्हां विच भाई गुलचार सिंह जी जेदी पुट्ठी खल उतारी है दुनिया विच तीजे बंदे सन शम्स तमरेज दी पहला उतरी है पुट्ठी खल अते इस तों बाद विच तीजा जिहड़ा नंबर सी उह भाई गुलजार सिंह जी दा ते चौथा नंबर भाई जय सिंह साडे पिंड बारन दा रहो विचार कहण तो भाव के नाल जिन्ने भी फड़े हुए सारे शहीद हो गए पर प्यारे किसे ने सिखी नूं दाग नहीं लगन दिता अपने अंदर झातियां मार के वेखिए के की जेड़े साडे वड्डे वडेरे करके गए ने उन्हां वास्ते असी की कर रहे हैं कलगीधर पातशाह ने साडे वास्ते की कीता है अज असी की कर रहे हैं किसे दा नौजवान पुत्र जे किते बीमार हो जावे ना ओ अपनी जिन्नी भी जायदाद है जिन्ना भी धन है उत्ते ला दिंदा भी मेरा पुत्र बचना चाहिए कह दे बचना चाहिए इत्थों तक के कर्जा चुक के ला दिंदा मेरा पुत्र बचना चाहिए ते जे फिर भी ना बचे पिता दे मन ते की बीतदी होवेगी पुत्रां वालियां कदे हाथ रख के वेखो छाती ते की बीतदी होवेगी ते कलगीधर पातशाह ने आख्या सी मेरा खालसा पुत्र बचना चाहिए बेशक मेरा पिता वारिया जावे मेरा खालसा पुत्र बचना चाहिए मेरे माता जी वारे जान मेरा खालसा पुत्र बचना चाहिए मेरे चारे लाल वारे जान मेरा खालसा पुत्र बचना चाहिए मेरा आनंदपुर बेशक वारिया जावे पर प्यारे जे फिर भी खालसा ना बचे जे फिर भी खंडे बाटे दा अमृत नाम पान करे नशियां दी वरतों करे ते कलगीधर पातशाह ते की बीतेगी ओ बीतेगी जेड़ी उस पिता ते बीतेगी जेड़े पिता ने अपना सारा कुछ वारिया होवे ते उहदा पुत्र फेर ना बचिया होवे ओ कलगीधर पातशाह ते भी ओही बचेगी सो आओ ज्यादा समा नहीं लाउणा
थोड़े समय नू बहुता करके जानना जो ऐसे जोधे महान जेड़े लगभग 18 दे नाम मिलते ने जिन्हां ने कठिया शहीदी पाई है पर सिखी नू दाग नहीं लगन दिता। आओ सारे रल के पढ़िए कोई रसना वांझी ना रहे। ओ तेरी सिक्खी नू दाग ना लाया पुरजा पुरजा हो गए सूर में तेरी सिक्खी नू दाग ना लाया पुरजा पुरजा हो गए सूर में ओ तेरी सिक्खी नू दाग ना लाया हो गए सूर में तेरी सिक्खी नू दाग ना लाया पुरजा पुरजा हो गए सूर में तेरी सिक्खी नू दाग ना लाया पुरजा पुरजा हो गए सूर में तेरी सिक्खी नू दाग ना लाया पुरजा पुरजा हो गए सूर में यार जी पुरजा पुरजा हो गए सूर में मेरे प्यारे पुरजा पुरजा हो गए सूर में प्यारे जी पुरजा पुरजा हो गए सूर में मेरे प्यारे पुरजा पुरजा हो गए सूर में प्यारे जी पुरजा पुरजा हो गए सूर में मेरे प्यारे पुरजा पुरजा हो गए सूर में तेरी सिक्खी नू दाग ना पुरजा पुरजा हो गए सूर में सिक्खी नू दाग ना लाया पुरजा पुरजा हो गए सूर में तेरी सिक्खी नू दाग ना लाया पुरजा पुरजा हो गए सूर में तेरी सिक्खी नू दाग ना लाया पुरजा पुरजा हो गए सूर में पुरजा पुरजा काट मरा कबू ना चाटे खेत आओ एक धारणा पढ़ के समाप्ति करिए। ए जेड़े शहीद होए ने उन्हां सारयां नू आपां नमस्कार करनी है। जेड़ा शहीदां नू नमस्कार करेगा शहीदां दी जय जयकार करेगा उन्हां दी जय जयकार होएगी ते संत बाबा ओंकार सिंह जी दियां खुशियां प्राप्त होणगियां क्योंकि जिस टकसाल विचों ओ पढ़े ने उस टकसाल दे मुखी दा जीवन अज आपां विचारिया ते अज उस मुखी दा जन्म दिहाड़ा 10 अप्रैल दा। सो आओ प्यारिओ उन्हां नूं आपां सारे नमस्कार करिए ते समाप्ति करिए फिर अगला प्रोग्राम सरवण करिओ। होए अमर शहीदां नूं मेरी नमस्कार लख वारी होए अमर शहीदां नूं मेरी नमस्कार लख वारी होए अमर शहीदां नूं मेरी नमस्कार लख वारी ओए अमर सीतारू मेरी नमस्कार लखवारी संगत गज के नमस्कार लखवारी ओ नमस्कार लखवारी मेरी नमस्कार लखवारी ओ नमस्कार लखवारी नमस्कार लखवारी नमस्कार लखवारी नमस्कार लखवारी ओए अमर शहीदां नू मेरी नमस्कार लखवारी ओए अमर शहीदां नू मेरी नमस्कार लखवारी ओए अमर शहीदां नू मेरी नमस्कार लखवारी ओए अमर सीता नू मेरी नमस्कार लखवारी अमर सीता नू मेरी नमस्कार लखवारी
ਹੋਏ ਅਮਰ ਸ਼ਹੀਦਾਂ ਨੂੰ ਮੇਰੀ ਨਮਸਕਾਰ ਲਖਵਾਰੀ ਵਾਹਿਗੁਰੂ 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 ਗੱਜ ਕੇ ਸੰਗਤ ਵਾਹਿਗੁਰੂ 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 ਵਾਹਿ ਸੰਗਤ ਗੱਜ ਕੇ ਸੰਗਤ ਗੱਜ ਕੇ ਵਾਹਿਗੁਰੂ ਗੱਜ ਕੇ ਵਾਹਿਗੁਰੂ ਜਗ ਮਰ ਬਿਨਾ ਜਾਣਿਆ ਕੋਈ ਐਸੀ ਮਰਨੀ ਜੋ ਵਾਹਿਗੁਰੂ 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 ਵਾਹਿਗੁਰੂ।
वाहिगुरु 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 जी। सो आओ इतनी सेवा प्रवान करनी। एक बेनती के जो गुरु महाराज की कृपा दे नाल संत बाबा ओंकार सिंह जी, संत बाबा गुरमेल सिंह जी, संत बाबा रणबीर सिंह जी, जिन्हां दी आशीर्वाद दा सदका पटियाले दे नेड़े बारन अकैडमी खुली हुई है लगभग 12-13 साल तो, हुण तक लगभग 700 दे लगभग जिहड़ा सिख कीर्तन सिख के जा चुके ने। संत बाबा ओंकार सिंह दी कृपा है अते उस थां उते सालाना समागम 23, 24, 25, 26 ते 27 मार्च नूं मनाया जा रहा है। प्यारिओ जिहड़ी लड़की हुंदी है ना, जिन्ने मर्जी रिश्तेदार आए होण, जे उहदे पेके परिवार विचों ना ना आवे, जिड्डा वड्डा मर्जी फंक्शन होवे उहनूं फिक्का ही लगदा है। ते इह जिहड़ा इलाका साडा पेका परिवार है, क्योंकि इत्थों सारा कुछ लिया होया, क्योंकि संत बाबा ओंकार सिंह जी, संत बाबा गुरमेल सिंह जी, संत बाबा रणवीर सिंह जी, क्योंकि भाई साहब भाई प्रेम सिंह जी बैठे हुए ने, भाई अमरीक सिंह जी अते इस तरह भाई हरभजन सिंह जी सारे बैठे हुए ने, जदों असी इकट्ठे रहिंदे हुंदे सां इत्थे। सो ये उह समें दीआं महापुरखां दीआं असीसां उहनां दा सदका है। सो 23 तों लै के 27 मार्च तक जिहदे विच खूनदान कैंप, मैडिकल कैंप, हिंदुस्तान दे 7 टीमां ने गूंगे ते बोले भलवाना दीआं नौजवानां दीआं, उहनां दे कबड्डी दा टूरनामेंट रखिआ नाल 25 तरीक दा, अते इसे तरह 24 तरीक नूं रात दा भेवे वाले संतां दा दीवान है, 25 तरीक नूं मोरां वाली दा, 26 तरीक नूं रात नूं ढड्डियां वाले महापुरखां दा, अते 26 तरीक नूं अमृत संचार होना है। सो मैं फिर एक बार सारिया संगतां नूं बेनती करांगा कि भाई जरूर महापुरखां नूं भी बेनती है, महापुरखां नूं भी बेनती है भी जरूर दर्शन देने ते वध तों वध संगत लै के नाल आउणी, तां कि धी नूं हौसला हो जांदा भी साडे पेके परिवार विचों आए ने। ते इस करके पिछले साल बेशक भावें समाप्ति ते पहुँचे सन, साढ़े बहुत सत्कारयोग भाई साहब भाई प्रेम सिंह जी साढ़े सीनियर ने, साढ़े तो वड्डे सन, साढ़े तो अगे सन, अते बाबा जी संत बाबा अमरीक सिंह जी समाप्ति वाले दिन पहुँचे सन, बड़ी खुशी हुई सी, सारे समागमां नालों वध उदों खुशी हुई सी कि साढ़े भी आए ने। सो होर बड़ी दूरों दूरों अमरीका, कनेडा, इंग्लैंड तो, जर्मन तो, इटली तो, फ्रांस तो, मनीला तो दूरों दूरों संगतां आउंदियां ने। गुरु की कृपा है 40 पिंडां दा लगभग इकट्ठ हुंदा है। सारियां संगतां नूं बेनती है कि वध चढ़ के जरूर आउणा दर्शन देने। सो फिर एक बार धन गुरु ग्रंथ साहिब महाराज जी का, संत बाबा अमरीक सिंह जी का, भाई प्रेम सिंह जी का, भाई अमरीक सिंह जी का, भाई हरभजन सिंह जी का, समुचियां संगतां का जिन्हां दे मैं नाम ही नहीं जाणदा, अते होर बड़े इत्थे आए हुए ने, उन्हां सारिआं दा दास तहि दिलों धन्नवाद करदा। ते इस गल दी भाई चरणजीत सिंह जी उन्हां पासों माफ़ी भी मंगदा कि टाइम असीं पहलां लाया, क्योंकि असीं वापस जाणा। एक बेनती कीती सी महापुरखां नूं वी सवेरे जे सानूं छुट्टी दे दिओ, क्योंकि 12-13 तरीक दा दिल्ली फतेह दिवस जिहड़ा उह मनाउणा, दास दी ड्यूटी हुंदी है हर साल, उह निभाउणी पैंदी है। इस करके सारिया संगतां दे पासों कल ना आउण दी माफ़ी मंगदे हां। आस है कि सारिया संगतां महापुरख माफ़ कर देणगे, अते फतेह सारिआं ने गज के बुलाउणी है, ढिल्ली फतेह नहीं बुलाउणी। भाई प्रेम सिंह जी दस रहे ने कि कल नूं अमृत संचार होना है, गुरु गोबिंद सिंह जी की खुशी लैण वास्ते, जिवें मैं पहलां बेनती कीती है ना, गुरु गोबिंद सिंह जी ने दमदमा साहब की धरती ते आख्या सी इन पुत्रन के सीस परिवार दी ए सुत चार, उन्होंने पुत्र उन्होंने आख्या सी जिहड़े अमृतधारी होणगे। आओ जिन्हां जिन्हां ने, कई बार कहिंदे जिन्हां ने अमृत छकना है, मैं ये नहीं कहिंदा हुंदा भी जिन्हें अमृत छकना है,
मैं कहना जिन्हें नहीं छकया वह सारे ही छको, गुरु वाले बनो ता कि गुरु दियां खुशियां। कल सवेरे 9 बजे सण केसी इशनान करके अते धोते वस्त्र पा के आने की कृपालता करनी, भुलां चुकां की खिमा सारे गज के फतेह बुलाओ जी। वाहेगुरु जी का खालसा, वाहेगुरु जी की फतेह।